ਇਹ ਤੁਹਾਡੀ ਕਿਰਪਾ ਨਾਲ ਇਹ ਤੁਹਾਡੀਆਂ ਅਸੀਸਾਂ ਨਾਲ ਤੁਸੀਂ ਪਿਛਲੀ ਵਾਰੀ ਆਏ ਸੀ ਤੁਸੀਂ ਐਡ ਕੀਤੀ ਸੀ ਤੇ ਅੱਜ ਕੱਲ ਮੀਡੀਆ ਦਾ ਯੁੱਗ ਹੈ ਮਿਹਰਾਂ ਵਾਲਿਆ ਗਰੀਬਾਂ ਦੀ ਲਾਜ ਰੱਖ ਮਾਂ ਕੋੜੀ ਦਾਨਾਂ ਦੇ ਵਾਂਗ ਤੇਰੀ ਮਿਹਰ ਦੀ ਗੱਲ ਜੇਕਰ ਹੋ ਜਾਵੇ ਖੇਤ ਉੱਗ ਪੈਂਦਾ ਕੁਝ ਹੋਏ ਦਾਣਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਅੱਜ ਅਸੀਂ ਖੜ੍ਹੇ ਹਾਂ ਪਿੰਡ ਸਿੰਘਪੁਰਾ ਦੇ ਵਿੱਚ ਇੱਥੇ ਕਿ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਨਾਨਕਸਰ ਠਾਠ ਕੁਰਾਲੀ ਸੋ ਇੱਥੇ ਜੋ ਮੁੱਖ ਸੇਵਾਦਾਰ ਨੇ ਬਾਬਾ ਬਲਵਿੰਦਰ ਸਿੰਘ ਜੀ ਸੋ ਉਹਨਾਂ ਦੇ ਵੱਲੋਂ ਅੱਜ ਇੱਥੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਅੱਜ 10 ਮਾਰਚ ਯਾਨੀ ਕਿ ਜੋ ਨਾਨਕਸਰ ਵਾਲੇ ਬਾਬਾ ਕੁੰਦਨ ਸਿੰਘ ਜੀ ਉਹ ਇਸ ਸਥਾਨ 'ਤੇ ਆਏ ਸੀ ਅਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਇੱਥੇ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਸੋ ਇੱਥੇ ਜੋ ਮਹਾਂਪੁਰਖ ਪਹੁੰਚੇ ਹੋਏ ਨੇ ਕੀਰਤਨੀ ਜਥੇ ਪਹੁੰਚੇ ਹੋਏ ਨੇ ਸੋ ਉਹਨਾਂ ਦਾ ਕੀਰਤਨ ਦੀਆਂ ਝਲਕੀਆਂ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਗੱਲਬਾਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਲੈਂਦੇ ਹਾਂ ਆਪਾਂ ਇਹ ਪੂਰੀ ਜਾਣਕਾਰੀ ਸਾਡੇ
I'm
ਜਿਨ੍ਹਾਂ ਨੇ ਵੱਡੇ ਵਡੇਰੇ ਬਾਬਾ ਨਾਸੀਆਂ ਤੋਂ ਲੈ ਕੇ ਸੇਵਾ ਕਰਦੇ ਆ ਰਹੇ ਤੁੰਗਾਂ ਵਾਲੀ ਭੈਣ ਜੀ ਉਹਨਾਂ ਨੂੰ ਬੇਨਤੀ ਹੋ ਵੀ ਗੁਰੂ ਸਾਹਿਬ ਦੀ ਹਜ਼ੂਰੀ ਜਾਓ ਚੰਡੀਗੜ੍ਹ ਤੋਂ ਆਏ ਤੁੰਗਾਂ ਵਾਲੀ ਭੈਣ ਜੀ ਉਹਨਾਂ ਨੂੰ ਬੇਨਤੀ ਹੈ ਉਹ ਮਹਾਂਪੁਰਖਾਂ ਤੋਂ ਸਰੂਪਾ ਬਖਸ਼ੀਸ਼ ਤੁੰਗਾਂ ਵਾਲੀ ਭੈਣ ਜੀ ਜਿਹੜੇ ਚੰਡੀਗੜ੍ਹ ਤੋਂ ਆਏ ਨੇ ਜੋ ਦੀਵਾਨ ਬੈਠੇ ਨੇ ਤੇ ਮਹਾਂਪੁਰਖਾਂ ਤੋਂ ਸਰੂਪਾ ਅਸੀਸ ਪ੍ਰਾਪਤ ਕਰਨ ਤਾਂ ਬੋਲੇ ਸਰੋਜਹਾਰ ਜਿੱਥੇ ਬਾਬਾ ਬੋਲੇ ਸਰੋਜਹਾਰ ਪ੍ਰਤਾਪ ਭਾਈ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕਸਰ ਦੀ ਧਰਤੀ ਤੇ ਗੁਰਦੁਆਰਾ ਨਾਨਕਸਰ ਸਾਹਿਬ ਠਾਠ ਕੁਰਾਲੀ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਵੱਲੋਂ ਬਹੁਤ ਵੱਡੇ ਸਮਾਗਮ ਰੱਖੇ ਗਏ ਜਿਨ੍ਹਾਂ ਵਿੱਚ ਸਾਡੇ ਸਤਿਕਾਰਯੋਗ ਮਹਾਂਪੁਰਸ਼ ਬਾਬਾ ਸਤਵਿੰਦਰ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਆ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਅੱਜ ਵਾਲੇ ਦਿਨ 10 ਮਾਰਚ ਨੂੰ ਮਹਾਂਪੁਰਸ਼ਾਂ ਨੇ ਇੱਥੇ ਚਰਨ ਪਾਏ ਸੀਗੇ ਸੋ ਉਦੋਂ ਬਾਅਦ ਫਿਰ ਮਹਾਂਪੁਰਸ਼ ਬਾਬਾ ਜੀ ਬਲਜਿੰਦਰ ਸਿੰਘ ਜੀ ਕੁਰਾਲੀ ਵਾਲੇ ਮਹਾਂਪੁਰਸ਼ਾਂ ਨੇ ਪ੍ਰਚਾਰ ਪ੍ਰਸਾਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਸੋ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ਦੇ ਆਉਣ ਦੀ ਖੁਸ਼ੀ ਵਿੱਚ ਅੱਜ ਸਮਾਗਮ ਰੱਖਿਆ ਜਿੱਥੇ ਬੇਅੰਤ ਸੰਗਤਾਂ ਨੇ ਸ਼ਮੂਲੀਅਤ ਕੀਤੀ ਬੇਅੰਤ ਰੱਬ ਰੰਗੀਆਂ ਰੂਹਾਂ ਨੇ ਸ਼ਮੂਲੀਅਤ ਕੀਤੀ ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਿਹਰ ਕਰਨ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਐਸੇ ਸਮਾਗਮ ਜਿਹੜੇ ਹੁੰਦੇ ਆ ਇਹ ਸੰਗਤਾਂ ਵਾਸਤੇ ਚਾਨਣ ਮੁਨਾਰਾ ਹੁੰਦੇ ਨੇ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦਾ ਆਉਣਾ ਵੀ ਧੰਨ ਉਹਨਾਂ ਦਾ ਜਾਣਾ ਵੀ ਧੰਨ ਕਿਉਂਕਿ ਆਉਂਦੇ ਵੀ ਨਾਮ ਜਪਾਉਣ ਵਾਸਤੇ ਆ ਅਤੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਨਾਨਕ ਅਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਆਉਂਦੇ ਆ ਤਾਂ ਵੀ ਸੰਗਤਾਂ ਦੇ ਭਲੇ ਵਾਸਤੇ ਅਤੇ ਜਾਂਦੇ ਨੇ ਕਈਆਂ ਨੂੰ ਜਮ੍ਹਾਂ ਦੀਆਂ ਫਾਈਆਂ ਤੋਂ ਛਡਾ ਕੇ ਲੈ ਕੇ ਜਾਂਦੇ ਨੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਸਿਮਰਨ ਕਰੋ ਭਜਨ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਬਤੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ 10 ਮਾਰਚ ਅੱਜ ਕੁਰਾਲੀ ਨਾਨਕਸਰ ਕੁਰਾਲੀ ਵਿਖੇ ਬਾਬਾ ਜੀ ਧੰਨ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਅੱਜ ਦੇ ਦਿਨ ਚਰਨ ਪਾਏ ਸੀ ਅੱਜ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਨਾਨਕਸਰ ਕੁਰਾਲੀ ਵਾਲੇ ਮਹਾਂਪੁਰਖਾਂ ਨੇ ਉਸ ਉਪਲਕਸ਼ ਵਿੱਚ ਸਮਾਗਮ ਰੱਖੇ ਗਏ ਜਿਹਦੇ ਵਿੱਚ ਕਈ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਹਾਰੇ ਕਿਰਪਾ ਕਰਨ ਰਹਿਮਤ ਕਰਨ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਬਾਬਾ ਜੀ ਨੇ ਉਪਰਾਲੇ ਕੀਤੇ ਨੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਬਾਬਾ ਗੁਲਾਬ ਸਿੰਘ ਜੀ ਵੀ ਗੁਰਮੁਖੋ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਦਾਸਾਂ ਨੇ ਵੀ ਹਾਜ਼ਰੀਆਂ ਭਰੀਆਂ ਮਹਾਰੇ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਨਾਮ ਬਾਣੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਮਾਗਮ ਕਰਵਾਇਆ ਗਿਆ ਜੀ ਆਪਣਾ ਨਾਨਕ ਸਾਹਿਬ ਠਾਠ ਗੁਰਦੁਆਰਾ ਸਾਹਿਬ ਸਿੰਘਪੁਰਾ ਦੇ ਵਿੱਚ ਸੋ ਬਹੁਤ ਵਧੀਆ ਉਪਰਾਲਾ ਸੀ ਕੀ ਕਹੋਗੇ ਇਹ ਤੁਹਾਡੀ ਕਿਰਪਾ ਨਾਲ ਇਹ ਤੁਹਾਡੀਆਂ ਅਸੀਸਾਂ ਨਾਲ ਤੁਸੀਂ ਪਿਛਲੀ ਵਾਰੀ ਆਏ ਸੀ ਤੁਸੀਂ ਐਡ ਕੀਤੀ ਸੀ ਅਤੇ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ ਜਦੋਂ ਮੈਂ ਤੁਹਾਡੇ ਇਲਾਕੇ 'ਚ 1994 'ਚ ਆਇਆ ਸੀ ਪਹਿਲੀ ਵਾਰ ਮੈਂ ਕਿਸੇ ਦੇ ਇੱਥੇ ਘਰ ਰਿਹਾ ਅਨਾਜ ਸਬਜ਼ੀ ਮੰਡੀ ਅਨਾਜ ਮੰਡੀ 'ਚ ਰਿਹਾ ਫਿਰ ਸਬਜ਼ੀ ਮੰਡੀ 'ਚ ਫਿਰ ਪਿੰਡ ਵਾਲੇ ਲੈ ਆਏ ਫਿਰ ਕਿਸੇ ਨੇ ਜਗ੍ਹਾ ਦੇਤੀ ਥੋੜ੍ਹੀ ਜੀ ਹੌਲੀ ਹੌਲੀ ਅੱਜ ਹੋਰ ਕੱਲ੍ਹ ਹੋਰ ਮਹਾਰਾਜ ਦੀ ਕਿਰਪਾ ਨਾਲ ਹੁਣ ਅਮੈਰੀਕਾ ਵੀ ਆਪਣਾ ਸਥਾਨ ਹੈ ਹਜ਼ੂਰ ਸਾਹਿਬ ਵੀ ਇੱਥੇ ਵੀ ਹੈ ਜਿਹੜੇ ਮਹਾਂਪੁਰਖਾਂ ਕੋਲ ਅਸੀਂ ਰਹੇ ਹਾਂ ਧੰਨ ਬਾਬਾ ਆਨੰਦ ਸਿੰਘ ਜੀ ਫਿਰ ਧੰਨ ਬਾਬਾ ਈਸ਼ਰ ਸਿੰਘ ਜੀ ਅਤੇ ਉਹਨਾਂ ਤੋਂ ਵਰਸਾਏ ਧੰਨ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦੀ ਅਸੀਂ ਸੰਗਤ ਕੀਤੀ ਬਚਪਨ ਤੋਂ ਲੈ ਕੇ ਉਹ ਮਹਾਂਪੁਰਖ ਪਹਿਲੀ ਵਾਰ ਇਸ ਇਲਾਕੇ ਵਿੱਚ 1998 ਅੱਜ ਦੇ ਦਿਨ ਆਏ ਸੀ 10 ਮਾਰਚ ਨੂੰ ਤਾਂ ਆਪਾਂ ਇੱਕ ਛੋਟਾ ਜਿਹਾ ਸਮਾਗਮ ਉਹਨਾਂ ਦੀ ਯਾਦ ਵਿੱਚ ਦੇਖੋ ਮਹਾਂਪੁਰਖਾਂ ਦੀ ਯਾਦ 'ਚ ਕੀ ਹੁੰਦਾ ਪਾਠ ਹੋਇਆ ਕੀਰਤਨ ਹੋਇਆ ਸੰਗਤਾਂ ਗੁਰੂ ਨਾਲ ਜੁੜੀਆਂ ਯਾਦ ਮਹਾਂਪੁਰਖਾਂ ਦੀ ਏ ਸਾਧੂਆਂ ਦੀ ਹੋਵੇ ਸ਼ਹੀਦਾਂ ਦੇ ਦਿਹਾੜੇ ਹੋਣ ਗੁਰਪੁਰਬ ਹੋਣ ਅਤੇ ਯਾਦ ਆਪਾਂ ਜਿਹੜਾ ਉਹ ਗੁਰੂ ਸਾਹਿਬ ਨੂੰ ਹੀ ਕਰਦੇ ਹਾਂ ਹੈ ਨਾ ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਯਾਦ ਸਮਾਗਮ ਹੋਇਆ ਤੁਸੀਂ ਆਏ ਸਾਰੇ ਤੁਹਾਡਾ ਪਿਛਲੀ ਵਾਰੀ ਵੀ ਮੈਂ ਦੇਖਿਆ ਬਹੁਤ ਲੋਕਾਂ ਨੇ ਤੁਹਾਡੀ ਉਹ ਐਡ ਜਿਹੜੀ ਸੀ ਪਿਛਲੀ ਵਾਰੀ ਦੇਖਿਆ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਮਹਾਂਪੁਰਖ ਕਿਹੜੇ ਕਿਹੜੇ ਆਏ ਅੱਜ ਸੰਤ ਬਾਬਾ ਸਤਵਿੰਦਰ ਸਿੰਘ ਜੀ ਟਾਹਲੀ ਵਾਲੇ ਮਹਾਂਪੁਰਖ ਪੂਰਨ ਦਰਬਾਰ ਦਿੱਲੀ ਤੋਂ ਆਏ ਨੇ ਅਤੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਆਏ ਨੇ ਉਹਨਾਂ ਨੇ ਕੀਰਤਨ ਕੀਤਾ ਪਹਿਲਾਂ ਪਾਠਾਂ ਦੇ ਭੋਗ ਪਏ ਫਿਰ ਫੁੱਲਾਂ ਦੀ ਵਰਖਾ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਹੋਈ ਅਤੇ ਦਾਸ ਨੇ ਕੀਰਤਨ ਕੀਤਾ ਹਾਂਜੀ ਜੀ ਸੰਗਤ ਨੂੰ ਕੀ ਬਸ ਸੰਗਤ ਨੂੰ ਇਹੀ ਹੈ ਸਾਰੇ ਅਮਰ ਛਕੋ ਗੁਰੂ ਵਾਲੇ ਬਣੋ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਉੱਥੇ ਵੀ ਹਾਜ਼ਰੀਆਂ ਭਰੋ ਅਤੇ ਅਨੰਦਪੁਰ ਸਾਹਿਬ ਬਹੁਤ ਸੋਹਣੇ ਸਮਾਗਮ ਹੋਏ ਨੇ ਪਰ ਜਿਹੜੀ ਮੰਡੀਰ ਨੁਕਸਾਨ ਕਰਦੀ ਹੈ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਵੀ ਇੱਕ ਨੌਜਵਾਨ ਮਾਰਿਆ ਗਿਆ ਅਤੇ ਇੱਦਾਂ ਨਾ ਕਰੋ ਹੁੱਲੜਬਾਜ਼ੀ ਨਾ ਕਰੋ ਗੁਰੂ ਘਰ ਜਾਣਾ ਸਿੱਖੋ ਗੁਰੂ ਘਰ ਕਿਵੇਂ ਜਾਣਾ ਹੈ ਕਿੱਦਾਂ ਆਉਣਾ ਹੈ ਨਾ
ਤੇ ਇਹ ਜ਼ਰੂਰੀ ਹੈ, ਬੇਨਤੀ ਹੈ ਵੀ ਆਪਾਂ ਹੁਲੜਬਾਜ਼ੀ ਨਹੀਂ ਕਰਨੀ, ਇਹਦੇ ਨਾਲ ਆਪਾਂ ਨੂੰ ਸਿੱਖਾਂ ਨੂੰ ਬਦਨਾਮੀ ਮਿਲਦੀ ਹੈ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।